ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਿਕਲੀ ਹੋਈ ਨਵੀਂ ਰਿਕਰੂਟਮੈਂਟ ਦੇ ਬਾਰੇ ਵਿੱਚ। ਅਲੱਗ ਅਲੱਗ ਡਿਪਾਰਟਮੈਂਟ ਦੀ ਭਰਤੀ ਆਈ ਹੈ, ਪੂਰੀ ਡਿਟੇਲ 'ਚ ਗੱਲ ਕਰਾਂਗੇ ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਐਲੀਜੀਬਿਲਿਟੀ ਕ੍ਰਿਟੇਰੀਆ ਕੀ ਰਹੇਗਾ। ਉਸ ਤੋਂ ਪਹਿਲਾਂ ਅਗਰ ਸਾਡੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਔਰ ਬੈਲ ਬਟਨ ਜ਼ਰੂਰ ਦਬਾਉਣਾ ਕਿਸੇ ਵੀ ਗਵਰਨਮੈਂਟ ਜੋਬ ਦੇ ਨਵੇਂ ਨੋਟੀਫਿਕੇਸ਼ਨ ਦੇ ਲਈ। ਔਰ ਸਾਡੀ ਵੈਬਸਾਈਟ www.kluri.com ਦੇ ਉੱਪਰ ਜ਼ਰੂਰ ਵਿਜ਼ਿਟ ਕਰਨਾ, ਜਿਹਦੇ ਵਿੱਚ ਅਸੀਂ ਡੇਲੀ ਬੇਸਿਸ ਤੁਹਾਨੂੰ ਲਈ ਜਿੰਨੀਆਂ ਵੀ ਰਿਕਰੂਟਮੈਂਟ ਹੁੰਦੀਆਂ, ਚਾਹੇ ਉਹ ਗਵਰਨਮੈਂਟ ਸੈਂਟਰ ਦੇ ਸੈਕਟਰ ਦੀਆਂ ਹੋਣ ਚਾਹੇ ਪ੍ਰਾਈਵੇਟ ਸੈਕਟਰ ਦੀਆਂ, ਅਸੀਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿੰਦੇ, ਜਦੋਂ ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਮੈਂ ਦੱਸਣਾ ਚਾਹਾਂਗਾ, ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਟ੍ਰੇਨਿੰਗ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਔਰ ਇੱਕ ਹੋਰ ਯੂਟਿਊਬ ਚੈਨਲ ਹੈ ਜਿਸਦੇ ਵਿੱਚ ਅਸੀਂ ਡੇਲੀ ਬੇਸਿਸ 'ਤੇ ਜਿੰਨੀਆਂ ਵੀ ਰਿਕਰੂਟਮੈਂਟ ਹੁੰਦੀਆਂ ਨੇ ਉਹਦਾ ਨਿਊ ਅਪਡੇਟ ਉਹਦੇ ਵਿੱਚ ਪਾਉਂਦੇ ਹਾਂ। ਤੁਸੀਂ ਉਸਦਾ ਲਿੰਕ ਤੁਹਾਨੂੰ ਜਿਹੜਾ ਹੈ ਇਸ ਚੈਨਲ ਦੇ ਹੋਮ ਪੇਜ 'ਤੇ ਜਾਓਗੇ, ਉੱਥੇ ਮੇਰੀ ਫੋਟੋ ਲੱਗੀ ਹੈ, ਤੁਸੀਂ ਉਸ 'ਤੇ ਕਲਿੱਕ ਕਰਕੇ ਉਹਨੂੰ ਵੀ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਸੀਂ ਕੋਈ ਵੀ ਨੋਟੀਫਿਕੇਸ਼ਨ ਮਿਸ ਨਾ ਕਰੋ। ਔਰ ਪੰਜਾਬ ਪਟਵਾਰੀ ਦਾ ਨਵਾਂ ਅਪਡੇਟ ਜਿਹੜਾ ਆ ਚੁੱਕਾ ਹੈ, ਉਸਦੀ ਵੀਡੀਓ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇ ਦਾਂਗਾ, ਤੁਸੀਂ ਉਸ 'ਤੇ ਕਲਿੱਕ ਕਰਕੇ ਚੈੱਕ ਕਰ ਲੈਣਾ। ਔਰ ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਿਕਲੀ ਹੋਈ ਨਵੀਂ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਰਿਕਰੂਟਮੈਂਟ ਦੀ। ਪੰਜਾਬ ਡੀਸੀ ਦਫ਼ਤਰ ਦੇ ਅੰਡਰ ਇਹ ਭਰਤੀਆਂ ਜਿਹੜੀਆਂ ਨੇ ਆਊਟ ਹੋਈਆਂ ਨੇ, ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਜਿਹੜੀਆਂ ਨੇ ਆਊਟ ਹੋਈਆਂ ਨੇ। ਸਿੱਧੀ ਭਰਤੀ ਹੈ, ਠੀਕ ਹੈ ਜੀ, 10th ਪਾਸ ਦੇ ਲਈ ਅਲੱਗ ਹੈ, 12th ਪਾਸ ਦੇ ਲਈ ਅਲੱਗ, ਗ੍ਰੈਜੂਏਟ ਵਾਲਿਆਂ ਲਈ ਅਲੱਗ ਅਤੇ ਪੋਸਟ ਗ੍ਰੈਜੂਏਟ ਵਾਲਿਆਂ ਲਈ ਅਲੱਗ ਹੈ। ਇਹ ਪੂਰੀ ਡਿਟੇਲ 'ਚ ਤੁਹਾਨੂੰ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ, ਪੋਸਟ ਦੀ ਕੀ ਕੀ ਡਿਟੇਲ ਹੈ। ਚਲੋ ਹੁਣ ਗੱਲ ਕਰਦੇ ਹਾਂ ਅਸੀਂ ਜਿਹੜੀ ਪੋਸਟ ਆਊਟ ਹੋਈ ਹੈ ਜੀ। ਸਭ ਤੋਂ ਪਹਿਲਾਂ ਹੁਣ ਅਸੀਂ ਗੱਲ ਕਰਾਂਗੇ ਪੋਸਟ ਦੀ, ਸਭ ਤੋਂ ਪਹਿਲਾਂ, ਠੀਕ ਹੈ ਜੀ। ਪੋਸਟ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਇਸ ਵਿੱਚ ਜਿਹੜੀ ਉਮਰ ਹੱਦ ਰਹੇਗੀ ਉਹ ਮਿਨੀਮਮ 18 ਸਾਲ ਹੈ, ਮੈਕਸਿਮਮ ਜਿਹੜੀ 37 ਸਾਲ ਹੈ। ਔਰ 5 ਤੋਂ 7 ਸਾਲ ਦਾ ਜਿਹੜਾ ਹੈ ਤੁਹਾਨੂੰ ਇਹਦੇ ਵਿੱਚ ਏਜ ਰਿਲੈਕਸੇਸ਼ਨ ਵੀ ਮਿਲੇਗਾ। ਔਰ ਜਿਹੜੀ ਪੋਸਟ ਆਊਟ ਹੋਈਆਂ ਨੇ ਜੀ ਉਹ 10ਵੀਂ ਵਾਲਿਆਂ ਲਈ ਅਲੱਗ, 12ਵੀਂ ਵਾਲਿਆਂ ਲਈ ਅਲੱਗ, ਗ੍ਰੈਜੂਏਸ਼ਨ ਔਰ ਲਾਅ ਵਾਲਿਆਂ ਲਈ ਅਲੱਗ ਅਲੱਗ ਨੇ। ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਇਹਦੇ ਲਈ ਆਫਲਾਈਨ ਅਪਲਾਈ ਕਰ ਸਕਦੇ ਹੋ। ਐਡਰੈਸ ਜਿਹੜਾ ਹੈ ਮੈਂ ਤੁਹਾਨੂੰ ਉਹ ਦੱਸ ਦਾਂਗਾ ਕਿ ਤੁਸੀਂ ਕਿੱਥੇ ਸੈਂਡ ਕਰਨੇ ਨੇ। ਔਰ ਇਹਦੇ ਵਿੱਚ ਲਈ ਤੁਸੀਂ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਅਤੇ ਵੈਬਸਾਈਟ ਦਾ ਕੀ ਹੈ ਐਡਰੈਸ। ਔਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਦੇ ਵਿੱਚ ਤੁਸੀਂ ਆਪਣਾ ਇੱਕ ਆਈਡੀ ਪਰੂਫ ਔਰ ਤੁਹਾਡੀ 2 ਪਾਸਪੋਰਟ ਸਾਈਜ਼ ਫੋਟੋਗ੍ਰਾਫ, ਤੁਹਾਡੀ ਐਪਲੀਕੇਸ਼ਨ ਫਾਰਮ ਫਿਲ ਕਰਨਾ, ਪਲੱਸ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਦੀ ਔਰ ਐਕਸਪੀਰੀਅੰਸ ਜਿਹੜੇ ਹੈਗੇ ਨੇ ਉਹ ਤੁਸੀਂ ਨਾਲ ਅਟੈਚ ਕਰ ਦੇਣੇ ਨੇ। ਔਰ ਇਸਦੇ ਲਈ ਸਭ ਤੋਂ ਪਹਿਲਾਂ ਪੋਸਟ ਦੀ ਅਗਰ ਅਸੀਂ ਗੱਲ ਕਰੀਏ, ਇਹਦੇ ਵਿੱਚ ਪੋਸਟ ਜਿਹੜੀ ਹੈਗੀ ਹੈ ਜੀ ਉਹ ਹੈਗੀ ਹੈ ਪੈਰਾ ਲੀਗਲ ਪਰਸਨਲ ਲਾਇਰ ਦੀ। ਇਹਦੇ ਵਿੱਚ 16,000 ਸੈਲਰੀ ਰਹੇਗੀ ਔਰ ਇਹਦੇ ਵਿੱਚ ਉਹਨਾਂ ਨੇ ਲਾਅ ਦੀ ਡਿਗਰੀ ਔਰ ਸੋਸ਼ਲ ਸਾਇੰਸ ਦੇ ਵਿੱਚ ਮੰਗੀ ਹੋਈ ਹੈ। ਉਸ ਤੋਂ ਬਾਅਦ ਹੈਗੀ ਹੈ ਜੀ ਆਈਟੀ ਵਰਕਰ ਦੀ ਜੋ ਕਿ 15,000 ਸੈਲਰੀ ਹੈ, ਔਰ ਇੱਕ ਪੋਸਟ ਹੈ ਗ੍ਰੈਜੂਏਸ਼ਨ ਆਈਟੀ ਡਿਪਲੋਮਾ ਕੰਪਿਊਟਰ ਵਿੱਚ ਕੀਤਾ ਹੋਇਆ ਉਹ ਅਪਲਾਈ ਕਰ ਸਕਦੇ ਨੇ ਇਹਦੇ ਲਈ। ਉਸ ਤੋਂ ਬਾਅਦ ਨੈਕਸਟ ਹੈਗੀ ਹੈ ਜੀ ਕੇਸ ਵਰਕਰ ਦੀ, ਜਿਸ 'ਚ ਸੈਲਰੀ ਜਿਹੜੀ ਰਹੇਗੀ ਉਹ ਤੁਹਾਡੀ 12,000 ਰਹੇਗੀ, ਨੰਬਰ ਆਫ ਪੋਸਟ 2 ਨੇ, ਲਾਅ ਡਿਗਰੀ ਮਾਸਟਰਸ ਵਾਲੇ ਸੋਸ਼ਲ ਵਰਕ ਵਾਲੇ ਉਹ ਅਪਲਾਈ ਕਰ ਸਕਦੇ ਨੇ। ਨੈਕਸਟ ਹੈਗੀ ਹੈ ਜੀ ਕੌਂਸਲਰ ਦੀ, ਇੱਕ ਪੋਸਟ ਹੈ, 15,000 ਤੁਹਾਡੀ ਸੈਲਰੀ ਰਹੇਗੀ, ਮਾਸਟਰ ਕੀਤੀ ਹੋਣੀ ਚਾਹੀਦੀ ਹੈ ਸੋਸ਼ਲ ਵਰਕ ਜਾਂ ਕਲੀਨਿਕਲ ਜਿਹੜੀ ਹੈ ਉਹਦੇ ਵਿੱਚ। ਔਰ ਦੱਸਣਾ ਚਾਹਾਂਗਾ ਨੈਕਸਟ ਜਿਹੜੀ ਹੈਗੀ ਹੈ ਮਲਟੀਪਰਪਸ ਹੈਲਪਰ ਦੀ ਹੈ ਜੀ, ਇਹਦੇ ਵਿੱਚ ਜਿਹੜੀ ਤੁਹਾਡੀ ਇੱਕ ਪੋਸਟ ਹੈ, 10,000 ਸੈਲਰੀ ਰਹੇਗੀ, ਔਰ ਮੈਟ੍ਰਿਕ ਵਾਲੇ ਇਹਦੇ ਲਈ ਅਪਲਾਈ ਕਰ ਸਕਦੇ ਨੇ। ਔਰ ਤੁਹਾਨੂੰ ਜਿਹੜੀ ਮੈਂ ਦੱਸਿਆ ਸੀ ਵੈਬਸਾਈਟ ਜਿਹੜੀ ਇਹਦੀ ਅਫੀਸ਼ੀਅਲ ਵੈਬਸਾਈਟ ਹੈ ਜੀ ਉਹ ਹੈਗੀ ਹੈ nawashahr.nic.in, ਇੱਥੋਂ ਤੁਸੀਂ ਜਿਹੜੇ ਇਹਨਾਂ ਦਾ ਐਪਲੀਕੇਸ਼ਨ ਫਾਰਮ ਹੈ ਉਹ ਅਪਲਾਈ ਕਰ ਜਿਹੜਾ ਡਾਊਨਲੋਡ ਕਰ ਸਕਦੇ ਹੋ। ਔਰ ਤੁਹਾਨੂੰ ਐਡਰੈਸ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਉਹ ਤੁਹਾਨੂੰ ਦੱਸ ਦਿੰਦਾ, ਇਹ ਐਡਰੈਸ ਦੇ ਉੱਪਰ ਤੁਸੀਂ ਜਿਹੜਾ ਸੈਂਡ ਕਰਨਾ ਐਪਲੀਕੇਸ਼ਨ ਫਾਰਮ। ਔਰ ਐਪਲੀਕੇਸ਼ਨ ਫਾਰਮ 21 ਦਿਨਾਂ ਦੇ ਅੰਦਰ ਅੰਦਰ ਤੁਸੀਂ ਸੈਂਡ ਕਰਨਾ ਹੈ ਇਹਨਾਂ ਦੇ ਐਡਰੈਸ ਦੇ ਉੱਪਰ। ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤਾਂ ਕਿ ਉਹ ਵੀ ਅਪਲਾਈ ਕਰ ਸਕੇ।